ਵਾਰਸ ਪੰਜਾਬ ਦੇ ਜਥੇਬੰਦੀ ਦੇ ਆਗੂ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਸਿੱਖ ਨੌਜਵਾਨ ਅੰਮ੍ਰਿਤਪਾਲ ਸਿੰਘ ਮਹਿਰੋ ਦਾ ਸਾਥ ਦੇਣ ਦੀ ਸਮੂਹ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਮਹਿਰੋ ਨੇ ਗੁਰੂ ਘਰ ਵਿੱਚ ਕੀਤੀ ਜਾ ਰਹੀ ਮਰਿਆਦਾ ਦੀ ਉਲੰਘਣਾ ਨੂੰ ਰੋਕਿਆ ਹੈ। ਦੂਜੇ ਪਾਸੇ ਮਹੰਤਾਂ ਦੇ ਨਕਸ਼ੇ ਕਦਮਾਂ 'ਤੇ ਚੱਲਣ ਵਾਲੇ ਵਿਅਕਤੀ ਨੂੰ ਪੰਥ ਵਿੱਚੋਂ ਛੇਕਿਆ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਮਹਿਰੋ ਦੇ ਖਿਲਾਫ ਜੋ ਝੂਠੇ ਕੇਸ ਪਾਏ ਜਾ ਰਹੇ ਹਨ ਉਹ ਵਾਪਸ ਲਏ ਜਾਣ। ਉਹਨਾਂ ਸਮੂਹ ਸਿੱਖ ਸੰਗਤਾਂ ਨੂੰ ਭਾਈ ਮਹਿਰੋ ਦੇ ਸਮਰਥਨ ਵਿੱਚ ਕੀਤੇ ਜਾ ਰਹੇ ਇਕੱਠ ਵਿੱਚ ਜ਼ਰੂਰ ਪਹੁੰਚਣ ਦੀ ਅਪੀਲ ਕੀਤੀ ਹੈ। ਜਿਹੜਾ ਚਰਨ ਘਾਟ ਦੇ ਬਲਜਿੰਦਰ ਸਿੰਘ ਨੇ ਜੋ ਉੱਥੇ ਮਹੰਤਾਂ ਵਾਲੀ ਕਰਤੂਤ ਕੀਤੀ ਜੋ ਅਤੇ ਉਹ ਉਹਦੇ ਖਿਲਾਫ ਜੋ ਅੰਮ੍ਰਿਤਪਾਲ ਸਿੰਘ ਮਹਿਰੋ ਨੇ ਜੋ ਇਸ ਮੋਰਚੇ ਨੂੰ ਸੰਭਾਲਿਆ, ਅਤੇ ਮੇਰਾ ਖਿਆਲ ਹੈ ਕਿ ਅੰਮ੍ਰਿਤਪਾਲ ਸਿੰਘ ਮਹਿਰੋ ਵੀ ਵਧਾਈ ਦੇ ਪਾਤਰ ਆ ਕਿ ਜਿਨ੍ਹਾਂ ਨੇ ਸਾਡੇ ਗੁਰੂ ਘਰਾਂ 'ਚ ਇਹੋ ਜਿਹਾ ਜੋ ਗੰਦ ਪਰੋਸਿਆ ਜਾ ਰਿਹਾ, ਜੋ ਇਹੋ ਜਿਹੀਆਂ ਹਰਕਤਾਂ ਹੋ ਰਹੀਆਂ, ਜੋ ਬਹੁਤ ਸਾਡੇ ਮੱਥੇ ਦੇ ਇੱਕ ਕਲੰਕ ਆ, ਸਾਨੂੰ ਇਹੋ ਜਿਹੇ ਮਹੰਤਾਂ ਤੋਂ ਆਪਣੇ ਗੁਰਦੁਆਰਿਆਂ ਨੂੰ ਆਜ਼ਾਦ ਰੱਖਣਾ ਚਾਹੀਦਾ, ਸਾਵਧਾਨ ਰਹਿਣਾ ਚਾਹੀਦਾ। ਸਾਡੀਆਂ ਸਿੱਖ ਸੰਗਤਾਂ ਨੂੰ ਵੀ ਇਹੋ ਜਿਹਿਆਂ ਨੂੰ ਜ਼ਿਆਦਾ ਪ੍ਰਮੋਟ ਨਹੀਂ ਕਰਨਾ ਚਾਹੀਦਾ, ਇਹਨਾਂ ਦਾ ਜਿੰਨਾ ਵਿਰੋਧ ਹੋ ਸਕੇ ਕੀਤਾ ਜਾਣਾ ਚਾਹੀਦਾ, ਅਤੇ ਬਾਕੀ ਅੰਮ੍ਰਿਤਪਾਲ ਮਹਿਰੋ ਦਾ ਵੱਧ ਤੋਂ ਵੱਧ ਸਾਥ ਦੇਣਾ ਚਾਹੀਦਾ। ਇਹ ਮਸਲਾ ਸਾਡੀ ਕੌਮ ਨੂੰ, ਮੈਂ ਜਥੇਦਾਰਾਂ ਨੂੰ ਵੀ ਅਪੀਲ ਕਰਦਾ ਕਿ ਇਹੋ ਜਿਹੇ ਬੰਦਿਆਂ ਨੂੰ ਪੰਥ ਤੋਂ ਛੇਕਿਆ ਜਾਣਾ ਚਾਹੀਦਾ। ਇਹ ਇਹਨਾਂ ਨਾਲ ਕੋਈ ਵੀ ਸਿੱਖਾਂ ਦੀ ਸਾਂਝ ਨਹੀਂ ਹੋਣੀ ਚਾਹੀਦੀ ਕਿ ਇਹਨਾਂ ਨੇ ਬਹੁਤ ਸਿੱਖੀ ਦੇ ਨਾਂ 'ਤੇ ਕਲੰਕ ਆ, ਇਹਨਾਂ ਨੂੰ ਸਿੱਖੀ ਤੋਂ ਖਾਰਜ ਕੀਤਾ ਜਾਣਾ ਚਾਹੀਦਾ। ਅਤੇ ਦੂਸਰਾ, ਉਹ ਜੋ ਹੈ ਅੰਮ੍ਰਿਤਪਾਲ ਮਹਿਰੋ ਦੇ ਖਿਲਾਫ਼ ਸਰਕਾਰ ਚਾਲਾਂ ਚੱਲ ਰਹੀ ਆ ਜਾਂ ਉਹਨਾਂ 'ਤੇ ਕੇਸ ਬਣਾਏ ਜਾ ਰਹੇ ਆ, ਉਹ ਸਰਕਾਰ ਨੂੰ ਵੀ ਚੇਤਾਵਨੀ ਕਿ ਇਹੋ ਜਿਹੇ ਹਰਕਤਾਂ ਨਾ ਕਰੋ, ਸਿੱਖਾਂ ਦੇ ਸਬਰ ਨੂੰ ਨਾ ਪਰਖੋ, ਤੁਸੀਂ ਇੱਦਾਂ ਦੀਆਂ ਗੱਲਾਂ ਜਿਹੜੀਆਂ ਚੰਗੀਆਂ ਨੇਗੀਆਂ, ਅਤੇ ਤੁਸੀਂ ਉਹਨਾਂ ਨੂੰ ਬਿਨਾਂ ਸ਼ਰਤ ਉਹਨਾਂ ਤੋਂ ਸਾਡੇ ਕੇਸ ਵਾਪਸ ਲਓ, ਅਤੇ ਬਲਜਿੰਦਰ ਸਿੰਘ ਨੂੰ ਜਿਹੜੇ ਜੋ ਉਹਨੇ ਹਰਕਤ ਕੀਤੀ ਉਹਦੇ 'ਤੇ ਵੱਧ ਤੋਂ ਵੱਧ ਜਿਹੜੀ ਉਹਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਆ, ਅਤੇ ਬਾਕੀ ਸਿੱਖ ਸੰਗਤਾਂ ਨੂੰ ਮਹਿਰੋ ਦੇ ਸਾਹਿਬ ਦੇ ਹੱਕ 'ਚ ਵੱਧ ਤੋਂ ਵੱਧ ਜੋ ਇਕੱਠ ਹੋ ਰਿਹਾ ਉਹਦੇ 'ਚ ਪਹੁੰਚਣ ਦੀ ਅਪੀਲ ਆ ਕਿ ਵੱਧ ਤੋਂ ਵੱਧ ਇਕੱਠੇ ਹੋ ਅਤੇ ਉਹਦਾ ਸਾਥ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।